ਵਾਹਿਗੁਰੂ ਜੀ ਕੀ ਫਤਿਹ। ਗਿਆਨ ਤੇ ਅਨ ਵਿਸ਼ਕਰਮਾ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿ ਸ੍ਰੀ ਅਕਾਲ ਜੀ। ਹੱਥ ਦੇ ਤਰ ਹੱਥ ਮਿਲ ਕੇ ਰੋਟੀ ਰੋਟੀ ਜਿਹੜਾ ਕਰੇ ਦਸਦੇ ਕਿਰਤਾ ਰੱਬ ਦੇ ਮਨ ਭਾਈ ਜਾਂਦਾ ਏ। ਰੱਖ ਰੱਬ ਦੇ ਯਕੀਨ ਕੋਈ ਮਰਦਾ ਨੀ ਭੁੱਖਾ, ਉਹ ਵੀ ਕਿਲਣ ਵਚਨ ਪਾਈ ਜਾਂਦੇ। ਆਪਣਾ ਮੁਕੇਸ਼ ਜੀ ਭਾਈ ਪਹਿਲਾਂ ਰੂਲ ਜਿਹੜਾ ਨੋਟ ਪੂਰੀ ਟੀਮ ਪ੍ਰੋਪਰ ਗੇਟ ਦੇ ਵਿੱਚ ਹੋਣੀ ਚਾਹੀਦੀ ਆ। ਜੇ ਬੈਟਿੰਗ ਟੀਮ ਦਾ ਪਲੇਅਰ ਸਕੋਰ ਬੋਰਡ ਤੇ ਨਾ ਹੋਇਆ 2 ਰਨ ਦੀ ਪੈਨਲਟੀ ਹੈ। ਜੇ ਕੋਈ ਫੀਲਡਰ ਗਰਾਊਂਡ ਤੋਂ ਬਾਹਰ ਬਾਲ ਚੱਕਣ ਵਾਲਾ ਤਾਂ 2 ਰਨ ਦੀ ਪੈਨਲਟੀ ਹੈ। ਗਰਾਊਂਡ ਵਿੱਚ ਜੇ ਕੋਈ ਪਲੇਅਰ ਅਪਸ਼ਬਦ ਬੋਲਦਾ ਗਲਤ ਬੋਲਦਾ ਤਾਂ 2 ਰਨ ਦੀ ਪੈਨਲਟੀ ਹੈ। ਬਾਕੀ ਬਾਕੀ ਜੇ ਬੈਟਿੰਗ ਟੀਮ ਦਾ ਬਾਲ ਚੱਕਣ ਵਾਲਾ ਵੀਰੇ ਤਾਂ ਵੀ ਪੈਨਲਟੀ ਆ। ਜੇ ਬੈਟਿੰਗ ਟੀਮ ਦਾ ਕੋਈ ਪਲੇਅਰ ਡਗਆਊਟ ਤੋਂ ਬਾਹਰ ਹੋਇਆ ਤਾਂ 2 ਰਨ ਦੀ ਪੈਨਲਟੀ ਹੈ। ਉਸ ਤੋਂ ਬਾਅਦ ਜੇ ਬੈਟਸਮੈਨ ਨੇ ਬਾਲ ਚੈੱਕ ਕਰ ਲਈ ਤਾਂ 2 ਰਨ ਦੀ ਪੈਨਲਟੀ ਹੈ। ਇਹ ਨੋਟ ਕਰੋ ਜੀ। ਔਰ ਜੇ ਕੋਈ ਪਲੇਅਰ ਐਂਟਰੀ ਗੇਟ ਤੋਂ ਬਿਨਾਂ ਕਹਿੰਦੇ ਸੀਟ ਆਪਣੀ ਗਰਾਊਂਡ ਤੇ ਆਊ ਜਾਂ ਜਾਊ ਤਾਂ 2 ਰਨ ਦੀ ਪੈਨਲਟੀ। ਲਾਲਾ
ਨਾ ਉੱਠੇ ਤੇ ਖੜਾ ਮੇਰੇ ਮਿੱਤਰੋ ਕਹਿੰਦੇ ਔਰ ਲਿਖਗੇ ਮਾਲਕ ਉਂਗਲੀ ਦੀਪਾ ਕਹਿੰਦੇ ਫੇਰ ਔਰ ਤਿਆਰ ਵੋ ਤਿਆਰ ਮੇਰੇ ਮਿੱਤਰੋ ਕਹਿੰਦੇ ਕੁੜੀ ਵਾਲਾ ਕਹਿੰਦੇ ਦੀਪਾ ਬਾਲਾ ਪਾਇਆ ਦੀਪਿਆ ਔਰ ਤਗੜਾ ਹੋ ਕੇ ਬੋਲਾ ਤੁਹਾਡੇ ਨੌਜਵਾਨਾਂ ਸਵੇਰੇ ਸਵੇਰੀਆਂ ਬੋਲਾਂ ਪਾਉਣੀਆਂ ਪੈਣਗੀਆਂ ਪੂਰੇ ਮੋਹਰ ਦੇ ਵਿੱਚ ਹੈ ਔਰ ਜੁੱਤੀ ਵਾਲੇ ਕਹਿੰਦੇ ਆਏ ਬੜੀ ਦੌੜਾ ਹੈ ਅੱਜ ਵੀ ਕਿਤੇ ਬੱਲੇ ਬੱਲੇ ਕਰਵਾਗੇ ਜਾਣਗੇ ਵੱਡੇ ਕਰਦੇ ਬੱਲੇ 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 ਰਵੀ ਗਾਭਾ ਜੀ ਨਾਲ ਕਹਿੰਦੇ ਵਿਕਰਮ ਭਾਈ ਵਾਲਾ ਤੇ ਰਾਜੂ ਖੀਰਾ ਨਾਲ ਕਹਿੰਦੇ ਭੁੱਤੀ ਗੋਇਤ ਵੀਰ ਨੇ ਆਪਣੇ ਔਰ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਜੋਨੀ ਵੀ ਅੱਗੇ ਬੜਾ ਚੱਕਦਾ ਫਿਰਦਾ ਹੈ ਔਰ ਕਹਿੰਦੇ ਟੀਕੂ ਜਰੋੜੀ ਹਰਾਲਾ ਨਾਲ ਮੇਰੇ ਵੀਰ ਬਾਟੀ ਹੋਰਾਂ ਕਹਿੰਦੇ ਬਾਈ ਹੋਰਾਂ ਦਾ ਵੱਡਾ ਧੰਨਵਾਦ ਹੈ ਵੀਰ ਨੇ ਆਪਣੇ ਸੁੱਖ ਮੁਲਤਾਨੀ USA ਹੈ ਆਓ ਕਹਿੰਦੇ ਸਾਹਮਣੇ ਇੱਧਰ ਕਹਿੰਦੇ ਪੂਰਨ ਸਿੰਘ ਮੁਲਤਾਨੀ ਹੋਰਾਂ ਦਾ ਮੇਲਾ ਚੱਲਦਾ ਹੈ ਮਾਲਪੁਰ ਦੀ ਮੁੰਡਾ ਤਿਆਰ ਪਰ ਤਿਆਰ ਹੈ ਕਹਿੰਦੇ ਮੈਨੂੰ ਲੱਗਦਾ ਕਹਿੰਦੇ ਸਰਦਣਾ ਵਾਲਾ ਆ ਗਿਆ ਕਹਿੰਦੇ ਮੇਰੇ ਕੋਲ ਪ੍ਰੀਤੀਵਾਲ ਕਮਾਨ ਜਿਹੜੀ ਕਿਤੇ ਹੈਗੀ ਹੈ ਮੁੰਡਾ ਕਹਿੰਦੇ ਟੌਪ ਨੀ ਬਣ ਪਾ ਗਿਆ ਬਜੇਵੀ ਨਵੀਂ ਉਮਰ ਤੋਂ ਬਾਅਦ ਕਿੰਨੇ ਬਣ ਗਏ 11 ਸਕੋਰ ਹੋ ਗਿਆ ਪਰਵੇਜ ਤੇ ਆ ਗਿਆ ਕਹਿੰਦੇ ਸਾਹਮਣੇ ਆ ਮੁੰਡੇ ਦਾ ਕਹਿੰਦੇ ਸਰਦਣਾ ਪਿੰਡ ਹੈ ਮੇਰਠ ਦੇ ਲਾਗੇ ਆਓ ਕਹਿੰਦੇ ਜ਼ਿਲ੍ਹਾ ਹਾਂ ਸਰਦਣਾ ਪਿੰਡ ਆ ਮੁੰਡੇ ਦਾ ਕਹਿੰਦੇ ਮਿਲ ਗਏ ਮੇਜਰ ਕਹਿੰਦੇ ਹੋਰ ਪਾਣੀ ਕੌਣ ਹੈ ਜੀ ਦਿੱਤੇ ਦਿੱਤਾ ਵੀ ਜੀ ਸਾਹਮਣੇ ਕਿਤੇ ਨਾਲਾ ਆ ਮੁੰਡਾ ਕਿਤੇ ਯੂਪੀ ਵਾਲਾ ਮੇਰੇ ਵੀਰ ਆਓ ਸਾਹਮਣਾ ਕਰਦਾ ਖੇਡ ਦੇ ਪਿੰਡ ਵਿੱਚ ਨਾ ਜਿੱਤ ਦੀ ਵਾਲ ਜਿਹੜੀ ਕਿਤੇ ਪੈਗੀ ਹੈ ਔਰ ਟਰਾਈ ਕਰ ਸਕਦੇ ਨਾਲਾ ਮੇਰੇ ਵੀਰ ਪਰ ਸੋਹਣੀ ਫੀਲਡ ਹੈ ਔਰ ਵਾਲ ਕਿਤੇ ਗਲਤ ਔਰ ਜਿਹੜੀ ਕਿਤੇ ਪਰ ਜੇ ਖੜਾਈ ਨੇ ਮੇਰੇ ਵੀਰ ਬਾਹਰ ਪਾਉਂਦੇ ਮੁੰਡਾ ਕਿਤੇ ਫੇਰ ਗੱਭਰੂ ਕਿਤੇ ਤਿਆਰ ਹੋ ਤਿਆਰ ਹੈ ਲਓ ਦੇਖੀਏ ਪੈਂਤੀ ਵਾਲ ਦੇ ਸਾਹਮਣੇ ਨਵੀਂ ਲਾਣਿਆ ਦੱਸਣਾ ਪੈਣਾ ਲੋਕਾਂ ਨੂੰ ਵੀ ਕਿੱਥੋਂ ਆਇਆ ਛਿੱਕੇ ਲਾਉਣੇ ਪੈਣਗੇ ਸਾਹ ਕਦੇ ਕਮਾਲ ਨੀ ਬਣਾ ਪਰ ਮੁੰਡਾ ਕਹਿੰਦੇ ਪਰ ਨਿਤਨ ਨਿਤਨ ਅੱਜ ਕਦੇ ਕੋਈ ਆਉਣਾ ਕਹਿੰਦੇ ਧਾਰਾ ਮੁਕਿਆ ਹੋਇਆ ਨਿਤਨ ਦਾ ਕਹਿੰਦੇ ਗੂੜਾ ਪਿੰਡਾ ਮੇਰੇ ਮਿੱਤਰੋ ਆ ਨਿਤਨ ਦਾ ਕਹਿੰਦੇ ਗੂੜੇ ਵਾਲਾ ਆ ਕਹਿੰਦੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਾਲ ਪਾਉਣ ਲਈ ਫੜ ਚੁੱਕਾ ਅੱਗੇ ਵੱਲ ਔਰ ਸਾਹਮਣੇ ਲਾਲਾ ਕਹਿੰਦੇ ਸਰਦਣਾ ਵਾਲਾ ਯੂਪੀ ਵਾਲੇ ਦੇ ਨਾਮ ਦੁਨੀਆਂ ਜਾਣਦੀ ਆ ਔਰ ਦੇਖਾਂਗੇ ਹੁਣ ਚਾਰ ਮੁੰਡੇ ਨੇ ਕਹਿੰਦੇ ਕਵਰ ਦੇ ਉੱਪਰ ਦੀ ਕਹਿੰਦੇ ਆਫ ਸਾਈਡ ਦੇ ਉੱਤੇ ਜਿਹੜੇ ਜੋਰ ਰੱਤੇ ਆ ਚਰਸ਼ਨ ਡੀਜੇ ਸੌਗਲਾ ਬਹੁਤ ਬੜਾ ਧੰਨਵਾਦ ਹੈ ਮਾਤਾ ਸਰਪੰਚ ਤੇ ਨਾਲ ਕਹਿੰਦੇ ਮੇਰੇ ਵੀਰੋ ਸਾਡੇ ਕਹਿੰਦੇ ਅਮੀ ਲਾਲ ਜੀ ਕਹਿੰਦੇ ਸਿੱਲੀ ਪਿੰਡ ਵਾਲੇ ਆਹ ਕਹਿੰਦੇ ਯਮੁਨਾ ਨਗਰ ਵਾਲੇ ਕਹਿੰਦੇ ਫੈਸਲੇ ਕਰ ਰਹੇ ਆ ਔਰ ਕਹਿੰਦੇ ਇਸਮਾਇਲਾਬਾਦ ਦਾ ਬ੍ਰਾਂਡ ਮੇਲਾ ਚੱਲਦਾ ਟਰੈਕਟਰ ਦਿੱਤੇ ਜਾਣਗੇ ਆਓ ਬੱਲੇ 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 ਹੋ ਗਈ ਹੈ ਕਹਿੰਦੇ ਆਏ ਤੁਹਾਨੂੰ ਪੀਵੇ ਹੱਥ ਪਾਉਣਾ ਸੀਗੇ ਬਾਲ ਨੂੰ ਆਓ ਦੇਖਿਆ ਕੀ ਕਹਿੰਦੇ ਕਮਾਲ ਤੇ ਰਹਿੰਦੇ ਕਹਿੰਦੇ ਛੇ ਜੋੜ ਗਿਆ ਮੁੰਡਾ ਕਹਿੰਦੇ ਵੀ ਟੀਮ ਲਈ ਇਹ ਭੁੱਪੀ ਲਾਸ਼ ਦੇ ਕੈਚ ਕਰੇਗਾ ਵੱਡੇ ਮਾਨ ਹੋਣਗੇ ਨੌਜਵਾਨਾਂ ਇਹ ਕਰੂਗਾ ਕੈਚ ਹੜਦਾਰੀ ਕਹਿੰਦੇ ਹੜਦਾਰੀ ਕਰੂਗਾ ਕੈਚ ਉਹਦੇ ਟੀਕ ਵਾਲਾ ਰਿੰਕੂ ਵੀ ਲੈ ਜਿਹੜਾ ਹੈ
ਅੱਜ ਮੇਰਾ ਬਾਗੀਆ ਵੀ ਲਾਇਆ ਜਿਹੜਾ ਹੈ ਜਾਂਚ ਵਾਲਾ ਸਿਰਫ ਗਾਇਆ ਕਹਿੰਦੇ ਨਿਗਲੂ ਆ ਐਨ ਕਹਿੰਦੇ ਮੇਰੇ ਪੁੱਤਰੋ ਜਿਹੜੇ ਲੈ ਜਿਹੜੇ ਬੱਠੇ ਆ ਗੂੜਾ ਪਿੰਡਾ ਨਿਤਨ ਦਾ ਚਾਚਾ ਜੀ ਬਾਲ ਪਾਉਣ ਲਈ ਤਿਆਰ ਹੈ ਲਓ ਨਿਤਨ ਕਹਿੰਦੇ ਤਿਆਰ ਹੋ ਤਿਆਰ ਹੈ ਕਿਤੇ ਬਾਲ ਪਾਉਣ ਲਈ ਕਿਤੇ ਮਿਲ ਗਏ ਸਾਹਮਣੇ ਕਹਿੰਦੇ ਲਾ ਲਾ ਫੇਰ ਯੂਪੀ ਵਾਲਾ ਕਹਿੰਦੇ ਤਿਆਰ ਹੈ ਅਸੀਂ ਨਿਤਨ ਜੇ ਫੜ ਗਿਆ ਤੇ ਟਪਾਊ ਕਿਤੇ ਰਹਿੰਦੀ ਬੰਦਾ ਜਿਹੜੀ ਗੱਲ ਪੱਕੀ ਹੈ ਆਹ ਦੂਜਾ ਵਰ ਚੱਲਦਾ ਪਰ ਛੱਡਿਆ ਦੇਖੋ ਉਹ ਸ਼ੋਰ ਚੱਕ ਕਰੋ ਮੁੰਡੇ ਦਾ ਚੈੱਕ ਕਰ ਮੁੰਡੇ ਦਾ ਸ਼ੋਰ ਚੈੱਕ ਕਰ ਬਾਕੀ ਬਾਕੀ ਲਾਲਾ ਲਾਲਾ ਯੂਪੀ ਵਾਲਾ ਕਹਿੰਦੇ ਮੇਰੇ ਵੀਰੋ ਅੱਜ ਬਾਕੀ ਕਹਿੰਦੇ ਘੱਗੇ ਵਾਲਿਆ ਲਾਲਾ ਲਾਲਾ ਕਰਵਾਉਂਦੇ ਫਿਰਦਾ ਮੁੰਡਾ ਉਹ ਲਾਲਾ ਲਾਲਾ ਕਰਵਾਉਂਦੇ ਫਿਰਦਾ ਹਾਂ ਅਗਲਾ ਛੱਕਾ 1100 ਆਓ ਆਹ ਵਾਰ ਤੇ ਕਹਿੰਦੇ ਛੱਕਾ 1100 ਦਾ ਹੁਣ ਛੱਕਾ 1100 ਭਾਈ ਵਾਹ ਮੈਨੂੰ ਆਹਦਾ ਬਾਉਂਡਰ ਕਰਕੇ ਐਨ ਕਹਿੰਦੇ ਪਰ ਮਾਤਾ ਨੀ ਮੰਨਦਾ ਮਾਤਾ ਕਹਿੰਦੇ ਡਾਊਟ ਹੈ 1100 ਕੈਂਸਲ ਫੜ ਜਾ ਕੈਂਸਲ ਦੀ ਗੁਰਜੀਤ ਸਫੀਪੁਰਾ ਵੀ ਆ ਗਿਆ ਕਹਿੰਦੇ ਇੱਥੋਂ 92 ਕਿਲੋਮੀਟਰ ਤੋਂ ਆਇਆ ਕਹਿੰਦੇ ਮੇਰੇ ਵੀਰੋ ਸ਼ਾਰਟਕਟ ਜਾਈਏ ਤੇ 92 ਕਿਲੋਮੀਟਰ ਪੈਂਦਾ ਸਫੀਪੁਰ ਕਲਾ ਐਨ ਕਹਿੰਦੇ ਮੇਰੇ ਵੀਰੋ ਕਿਉਂਕਿ 80 ਦੇ ਘੱਗਾ ਪੈ ਜਾਂਦਾ ਐਨ ਕਹਿੰਦੇ 12 ਕਿਲੋਮੀਟਰ ਅੱਗੇ ਆ ਉਧਰ ਕਹਿੰਦੇ ਹੈਪੀ ਸਮਾਣੀ ਆਇਆ ਮੋੜ ਵੀ ਪਹੁੰਚ ਗਿਆ ਤੜਕੀ ਬਾਈ ਵਾ ਆਹ ਕਿੱਥੇ ਆ ਗਿਆ ਗੁੱਪੀ 400 ਚਾਹ ਨਹੀਂ ਲੋਟਣਗੇ ਸ਼ਕਤੀ ਵਗੈਰਾ ਫੇਰ ਆ ਗਿਆ ਲਓ ਦਿਖਣਗੇ ਕਿਤੇ ਕਮਾਨ ਜਿਹੜੀ ਕਿਤੇ ਹੋ ਗਈ ਹੈ ਆਹ ਦਿਖਣਗੇ ਮੇਰੇ ਵੀਰ ਬਾਲ ਪਾਉਂਦੇ ਮੁੰਡਾ ਕਿਤੇ ਫਿਰ ਤਿਆਰ ਤਿਆਰ ਹੈ ਪੈਂਦੀ ਵਾਲੇ ਸਾਹਮਣੇ ਔਰ ਕਮਾਨ ਕਿਤੇ ਕਰਦੀ ਹੈ ਮੁੰਡਾ ਕਿਤੇ ਬੰਦੇ ਬੰਦੇ ਕਰਵਾ ਗਿਆ ਮੇਰੇ ਵੀਰ ਆਓ ਫਿਰ ਸ਼ਰਾਬੀ 2/28 ਸਤਵੀਰ ਠਾਕੁਰ ਵੀ ਕਹਿੰਦੇ ਘੱਲਿਆ ਬਹੁਤ ਸੋਹਣੀ ਕਹਿੰਦੇ ਅੰਬਰ ਨਹੀਂ ਕਰਦਾ ਜੀ ਸਾਡਾ ਸੁਨਾਰਪੁਰ ਦੇ ਮੇਲੇ ਤੇ ਮੌਕੇ ਤੇ ਹੈਪੀ ਸਵਾਣੇ ਜੀ ਪਹੁੰਚੇ ਨੇ ਉੱਤਰਾਖੰਡ ਜਾ ਕੇ ਆਇਆ ਕਹਿੰਦੇ ਇੱਧਰ ਕਹਿੰਦੇ ਅੱਧੀ ਉਮਰ ਨਾ ਨੀ ਕਮੇਟੀ ਕਰਦੀ ਚਾਚੇ ਦੀ ਤੇ ਦਾਸ ਜੀ ਐਨ ਕਹਿੰਦੇ ਹਰਿਆਣਾ ਨੀ ਟੱਪੇ ਉੱਤਰਾਖੰਡ ਜਾ ਆਇਆ ਇਹਨਾਂ ਨੇ 2 ਮਹੀਨੇ ਹੋਇਆ ਕਮੇਟੀ ਕਰਦੇ ਨੂੰ ਐਨ ਕਹਿੰਦੇ ਕਮਾਲ ਜਿਹੜੀ ਹੋ ਗਈ ਹੈ ਲਓ ਦਿਖਾਈ ਮੈਚ ਕਹਿੰਦੇ ਸਿਰ ਚੱਲਦਾ ਕਹਿੰਦੇ ਬਾਹਰ ਪਾਉਂਦੇ ਕਹਿੰਦੇ ਦਿੱਤਾ ਫੇਰ ਆਓ ਕਹਿੰਦੇ ਤਿਆਰ ਹੋ ਧਿਆਨ ਹੈ ਮੇਰੇ ਮਿੱਤਰੋ ਕਹਿੰਦੇ ਬਾਹਰ ਪਾਉਂਦੇ ਕਹਿੰਦੇ ਤਿਆਰ ਹੈ ਆਓ ਸਾਹਮਣੇ ਮੇਰੇ ਵੀਰੇ ਆਓ ਦਿਖਾਈ ਗੱਲਾਂ ਕਹਿੰਦੇ ਟਿਕਾਉਂਦੇ ਲੱਗੀਆਂ ਮੇਰੇ ਮਿੱਤਰੋ ਕਹਿੰਦੇ ਬਾਲ ਪਾਉਂਦੇ ਮੁੰਡਾ ਕਿਤੇ ਫੇਰ ਆਹ ਨਾਲਾ ਕਰਦਾ ਭਾਈ ਕਹਿੰਦੇ ਮੇਰੇ ਮਿੱਤਰੋ ਪਰ ਕਮਾਲ ਦੀ ਬਾਲ ਦਿੱਪੇ ਦੇ ਕਹਿੰਦੇ ਪਰਤੀ ਆ ਕੁਲੜੀ ਪਿੰਡਾ ਕਹਿੰਦੇ ਦਿੱਪੇ ਦਾ ਮੇਰੇ ਵੀਰੇ
ਸੌਰਵ ਚਹਿਲ ਪੱਕੇ ਤੌਰ ਤੇ ਖੇਡਾ ਕਿਤੇ ਕੁੜੀ ਟੀਮ ਲਈ ਕਮਾਲ ਜੋੜੀ ਕਿਵੇਂ ਹੋਈ ਹੈ ਬਾਹੋ ਸੁਣੇ ਕਦੀ ਆਓ ਦੇਖੇਗੀ ਕਦੀ ਬੋਲਾ ਬੋਤਾ ਕਦੇ ਟਿਕਾਣੇ ਹੋਈ ਹੈ ਆਪਣੀ ਮਨ ਸਮਝ ਆਉਂਦਾ ਹੈ ਪਤਾ ਨੀ ਬਾਈ ਮੈਂ ਫੌਜ ਮਾਰ ਮੈਂ ਬਾਹਰ ਛੁੱਟੀ ਕਰਕੇ ਆਵਾਂ ਤਾਂ ਮਨਿੰਦਰ ਕੁਮਾਰੀ ਕਹਿੰਦੇ ਲੈ ਜਿਹੜਾ ਧੁੱਪੂ ਲਾਉ ਦਿਖੇਗੀ ਕਦੇ ਕਮਾਲ ਪਹਿਲੇ ਦੀਪਾ ਦੇਖ ਲਾ ਕਿਤੇ ਧੁੱਪੀ ਛੱਡ ਗਿਆ ਇੱਕੀ ਨਵੰਬਰ 2019 ਨੂੰ ਰਾਤ ਨੂੰ 11:30 ਵਜੇ ਸੀ ਘੱਟਾ ਫਾਈਨਲ ਤੋਂ ਬਾਈ 9 ਤਾਰੀਖ ਕੋ ਹੈ ਕਿਤਨੇ ਵਜੇ ਨੀ 9 ਤਾਰੀਖ ਕੋ ਬਾਈ ਬੋਲਰਾਂ ਨਾਮ ਕੇ ਬੋਲਰ ਕਾ ਬਾਈ ਹੈ ਬਾਈ ਬੋਲਰਾਂ ਨਾਮ ਨਵੀ ਕਿਤੇ ਸਕੋਰ ਚ ਗਾੜੀਆਂ ਦੇਖੋ ਅੰਕਿਤ ਪੰਜਾਂ ਦਾ ਪੰਨਾ ਆਇਆ ਅੱਜ ਕਦੇ ਤੜਕੀ ਬੋਲਿਆ ਟਿੰਕੂ ਜਰੌਰੀਆਂ ਦੇ ਰਹੇ ਹੋ ਥੋੜੀ ਟੇਡੀ ਚ ਕਰ ਲਾਂਗੇ ਬੰਦਾ ਬੈਠਣਾ ਫੋਨ ਕਰ ਰਹੀ ਚੱਲ ਮੈਂ ਤਾਂ ਗੱਡੀ ਨੀ ਕਰਨੀ ਚਾਰ ਸਕੋਰ ਜੋੜ ਕੇ ਕਿਤੇ ਟੀਮ ਲਈ ਬਾਲਾ ਚੱਕ ਰਿਹਾ ਕਰੋ
ਬੱਚੇ ਨੂੰ ਬੇਨਤੀ ਵੀ ਕਰਾਂ ਜ਼ਰੂਰ ਆਓ ਚੱਕਿਆ ਕਰੋ ਔਰ ਦਿਖਾਈ ਕਿਤੇ ਬਾਰਿਸ਼ ਪੂਰੀ ਕਿਤੇ ਲੱਗ ਰਿਹਾ ਫਿਰ ਆਓ ਕਿਤੇ ਵਧਦਾ ਮੇਰੇ ਵੀਰੋ ਔਰ ਸਾਹਮਣੇ ਖੜਾਈ ਕਿਤੇ ਤਿਆਰ ਨੂੰ ਤਿਆਰ ਹੈ ਔਰ ਦਿਖਾਈ ਕਿਤੇ ਕਿਤੇ ਖੜ ਗਏ ਸਾਰੇ ਆਹ ਖੜਾਈ ਤੇ ਮੇਰੇ ਮਿੱਤਰ ਕਿਤੇ ਹੈ ਦੁੱਖਦੇ ਅੱਜ ਕਿਤੇ ਰਾਜਾ ਵੀ ਕਿਹੜੇ ਮਿਲਦੇ ਰਹੇ ਕਿਤੇ ਫਿਰਦਾ ਕਿਤੇ ਸਾਰਾ ਕੁਝ ਬਾਰਾਂ ਵਜੇ ਮੈਚ ਹੈ ਤੇਰੀ ਅੱਖਾਂ ਮੇਰੇ ਮਿੱਤਰੋ ਕਿਤੇ ਤਿਆਰ ਮੁੰਡਾ ਕਹਿੰਦੇ ਹਰਿਆਣੇ ਪੁਲਿਸ ਵਿੱਚ ਭਾਰਤੀ ਜਿਹੜਾ ਸਾਹਮਣੇ ਹੈ ਨਾ ਪੈਂਦੀ ਵਾਸਤੇ ਕੱਟਦੇ ਚਲਾਉਣ ਔਰ ਸਾਲ ਕਹਿੰਦੇ ਪੁਲਸੀਏ ਪਰ ਆਹ ਕੀ ਆ ਜੀ ਆਹ ਕੀ ਪੁਸਤੀ ਦੱਸੋ ਸਾਨੂੰ ਹੁਣ ਪੁਸਤੀ ਜੀ ਬਾਲ ਕਹਿੰਦੇ ਟਕਰਾ ਗਈ ਕਹਿੰਦੇ ਤਾਰ ਦੇ ਨਾਲ ਤਾਰ ਨਾਲ ਬਾਲ ਵਜੀ ਆ ਆਪਣਾ ਮਾਡੇ ਬਾਲ ਮੜ ਗਈ ਜੀ ਜੈਜਾ ਬਾਲ ਬਾਕੀ ਕਹਿੰਦੇ ਬਾਲ ਕਾਂਟਰਾ ਲੱਗ ਗਈ ਯਾਰ ਔਰ ਅਗਲੀ ਬਾਲ ਕਹਿੰਦੇ ਫਿਰ ਪੈ ਗਈ ਬਾਹਰ ਤੇ ਬਾਲ ਕਹਿੰਦੇ ਸੰਦੀਪ ਕਿਸ਼ੋਰ ਤੇ ਰਾਜਾ ਰਾਜਸਥਾਨੀ ਪਾਣੀ ਦੀਆਂ ਬੋਤਲਾਂ ਭਰ ਲੈਣਾ ਪਾਣੀ ਭਰ ਲੋ ਢਾਈ ਮਿੰਟ ਦੀ ਬ੍ਰੇਕ ਆ ਦੋ ਗੱਲਾਂ ਬਾਅਦ ਹਰ ਕਹਿੰਦੇ ਪਹਿਲੀ ਵਾਰ ਹੁਣ ਹਲਕਾ ਜਾ ਕੱਟ ਪਾਉਣ ਵਾਲਾ ਜਾਰੀ ਹੈ ਸਾਊਥ ਮੁੰਡਾ ਕਿਤੇ ਜਾ ਰਹੀ ਕਿਤੇ ਮੇਰੇ ਜਿਹੜੇ ਬਾਢੀ ਵੇਖ ਰਹੀ ਸਾਡਾ ਕਹਿੰਦੇ ਤੇ ਨਾਲ ਕਹਿੰਦੇ ਟਿੱਕੂ ਅਜਰੋਰੀ ਆ ਭਰਾ ਕਹਿੰਦੇ ਪਹੁੰਚੇ ਹੋਏ ਆ ਬੜਾ ਧੰਨਵਾਦ ਆਇਆ ਅੱਜ ਬੁੱਧਵਾਰ ਨੈਕਸਟ ਮੈਚ ਹੈ ਵੀਰੇ ਵਾਰਨਰ ਦਾ ਜਾਣ ਵਾਲੇ ਸਾਰੇ ਲੰਘ ਗਏ ਮੌਕੇ ਦੀ ਗੱਲ ਮੌਕਾ ਮਿਲਿਆ ਤੇ ਭੱਜ ਗਏ ਕਰਨਾ ਕੱਲ ਦੇ ਸੋਰੀ ਭਾਈ ਸਾਹਿਬ ਜ਼ੋਰ ਪਾਉਂਦਾ ਗੱਡੀ ਪਾਣੀ ਕਿੰਨੇ ਵਜੇ ਤੱਕ ਜੀ 41 ਹੋ ਗਈ 4 ਹੋ ਗਈ 41 ਸਕੋਰ ਬਣ ਗਏ ਦਿੰਦੇ ਨੀ ਦਿੰਦੇ ਨੀ ਬੈਠਣ ਨੂੰ ਢਹਿ ਵੀ ਨੀ ਸਕਦਾ ਕੋਈ ਮਹੀਨਾ ਫਿਰ ਵਾਹੀ ਬਾਤ ਹੈ ਉਹ ਬੈਠਣਾ ਦੋਰੇ ਬਾਈ ਦੋਰੇ ਕਾਲਾ ਹੋਣਾ ਮੇਰੀ ਬੇੜਾ ਹੀ ਗਰਕ ਹੋਇਆ ਪਿਆ ਤੁਹਾਨੂੰ ਪਾਗਲ ਹੋ ਰਿਹਾ ਬੇਰਾ ਬੇਰਾ ਅੱਛੇ ਲਾਈਵ ਕਰੇ ਫੇਸਬੁੱਕ ਕੁੱਕਰ ਦਿਨ ਕਟਾਏ ਬਾਹਰ ਕਰ ਦੋ ਸਹੀ ਹੈ ਰਹੂ ਪਿਛੜਾ ਇਹ ਹੜਾ ਇਹ ਪਟਰਲ ਵੇਲੇ ਪੜਾ ਗੰਦਾ
ਜ਼ੋਰ ਜ਼ਾਵਾ ਪਾਏ ਉਹ ਜ਼ੋਰ ਜ਼ਾਵਾ ਹੈ ਉਹ ਕਹਾਂ ਜਾ ਰਿਹਾ ਬੈਟਿੰਗ ਆ ਗਈ ਓ ਕੈਜ ਆ ਬਾਈ ਸਾਹਿਬ
ਟਾੜੀ ਮਾਰਾ ਜੀ ਜਿਹੜੀ ਕਹਿੰਦੇ ਕੁਰਣ ਦੀ ਟੀਮ ਵਾਲੇ ਵੀ ਇਸੇ ਟਿੰਕੂ ਜਰੌਰੀ ਨੇ ਸਪੋਂਸਰ ਕਰੀ ਹੋਈ ਆ। ਹਾਂ ਗੁੱਪੀ ਟਿੰਕੂ ਜਰੌਰੀ ਨੇ ਸਪੋਂਸਰ ਕਰੀ ਆ। ਇਹ ਆ ਕਹਿੰਦੇ ਅੰਕੀ ਦਾ ਧਨ ਉੱਪਰ ਵਾਲਾ ਖੇਡ ਵਿਚਾਰਾ ਹੁਣ ਪਹਿਲਾਂ ਪਾ ਰਹੇ ਆ ਬਾਹਰ ਕਦੇ ਵਾਈਡ ਅੰਪਾਇਰ ਨੇ ਕਹਿੰਦੇ ਇਸ਼ਾਰਾ ਕਿਤੇ ਕਰਤਾ ਹੈ। ਦੀਪੇ ਨੇ ਕਹਿੰਦੇ ਦੋ ਓਵਰ ਪਾਏ ਦੋ ਓਵਰ ਚ ਕਹਿੰਦੇ ਤਿੰਨ ਵਿਕਟਾਂ ਹੁਣ ਕਾਫੀ ਘੱਟੀਆਂ ਹੋਈਆਂ। ਇਹਨੇ ਕਹਿੰਦੇ ਇੱਕ ਓਵਰ ਚ ਤਿੰਨ ਕਰਤੇ, ਮੈਨੂੰ ਲੱਗਦਾ ਦੋ ਓਵਰ ਜਿੰਨਾ ਰਾਜੇ ਬੇਟੇ ਆਈ ਟੇਡੀ ਮੰਡੀ ਨਾ ਕਰਦੇ ਕਲਤ ਨਾ ਵੀ ਮਜ਼ਾਕ ਜਿਹਾ ਕਰ ਦੇਖ ਕੇ ਪਕੜ ਔਰ ਨਾਲ ਕਹਿੰਦੇ ਮੁਸ਼ਕਿਲ ਹੋਇਆ ਐਂ ਕਹਿੰਦੇ ਨਾਲ ਆ ਗਈ ਕਿਆ ਬਾਤ ਹੈ। ਇਹਦੇ ਕਹਿੰਦੇ ਮਾਧਵਾ ਬੈਠਾ ਸਾਰੇ ਖੁਸ਼ੀ ਵੀ ਆ ਗਿਆ ਨਾਲ ਬਾਲਦਾ ਕਹਿੰਦੇ ਪੱਟੀ ਹੋਣਾ ਨਾ ਭਾਈ ਗਿਆ ਹੈ ਤੇਰੇ ਪਰ ਦੇਖਾਂਗੇ ਭਾਰੀ ਹੋ ਗਈ ਹੈ ਜਿਹਦਾ ਜੋ ਬਿੰਦਰ ਜੀ ਕਿਤੇ ਵੱਲ ਪਾਈ ਆ ਸਾਹਮਣੇ ਕਿਤੇ ਬੁਲਾਣੇ ਆ ਮੇਰੇ ਮਿੱਤਰ ਕਿਤੇ ਸਾਹਮਣਾ ਕਰਨਾ ਖੇਡ ਦੇ ਵਿੱਚ ਔਰ ਕਿਤੇ ਖੇਡਿਆ ਸ਼ਾਟ ਤੁਹਾਡਾ ਕਿਤੇ ਚਾਰ ਸਕੋਰ ਦੇ ਯੋਗ ਕਿਤੇ ਚਾਰ ਸਕੋਰ ਦੇ ਕਿਤੇ ਵਾਧੇ ਜਿਹੜੇ ਕਰ ਦਿੱਤੇ ਆ ਆਓ ਬਿੰਦਰ ਕਿਤੇ ਵੱਲ ਪਾ ਰਹੇ ਮੇਰੇ ਵੀਰੋ ਨਵੀਂ ਸਕੋਰ ਕਿਤੇ ਸੌ ਸੌ ਦੇ ਲਾਗੇ ਤਾਗੇ ਕਰਨਾ ਪੈਣਾ ਬੁਲਾਣੇ ਵਾਲੇ ਹੋ ਆਏ ਵੀ ਕਿਤੇ ਬੜੀ ਸਰੋਂ ਹੈ ਐਂ ਤੋਂ ਟਾਰਗੇਟ ਵੱਡਾ ਕਿਤੇ ਸੈੱਟ ਕਰਨਾ ਪੈਣਾ ਹੈ ਬਾਹਰ ਪਾਉਂਦੇ ਕਿਤੇ ਫਿਰ ਗੱਬਰੂ ਕਿਤੇ ਵੱਧ ਹੈ ਲੱਖਣਾ ਚੇਤੇ ਕਹਿੰਦੇ ਬੈਠੇ ਮਨਾਉਣੇ ਵਾਲੇ ਦੇਖੋ
ਪਿੰਡਰ ਦੀ ਬਾਹਰ ਪਿੰਡਰ ਟਿੰਕੂ ਆਹ ਤੇਰੀ ਸਪੋਂਸਰਸ਼ਿਪ ਦਾ ਬਾਈ ਫਿੱਟਾ ਮੈਨੂੰ ਆਇਆ ਵਾ ਜਿਹੜੇ ਹਿਸਾਬ ਨਾਲ ਖੇਡ ਰਿਹਾ ਅੱਜ ਪੂਲ ਕਲੀਅਰ ਕਰਨਗੇ ਹਾਂ ਫਿੱਟਾ ਕਰਦਾ ਜੁੱਤਾ ਫਿੱਟਾ ਜਿੱਤੇ ਦਾ ਪਿਆਰ ਆ ਕਹਿੰਦੇ ਟਿੰਕੂ ਜ਼ਰੂਰੀ ਆ ਲਓ ਟਿੰਕੂ ਦੀ ਸਪੋਂਸਰ ਜੀ ਨਾਲ ਬੱਲੇ 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 ਸਾਹਮਣੇ ਇੱਕ ਸਕੋਰ ਇੱਕ ਤਾਂ ਦੋ ਬੁੱਢਾ ਬੁੱਢਾ ਕੁਛ ਨਾ ਬੁੱਢਾ ਬਾਕੀ ਰੰਗੀ ਦੇ ਕਿਸਿਆ ਆ ਤਿਆਰ ਵਰ ਤਿਆਰ ਕਹਿੰਦੇ ਗੋਪੀਆਂ ਕੰਮ ਵਿੱਚ ਫਿਰਦਾ ਜੇ ਚੱਲ ਕਹਿੰਦੇ ਠੀਕ ਆ ਨਹੀਂ ਤਾਂ ਕਹਿੰਦੇ ਪਟੂਗਾ ਜ਼ਰੂਰ ਇਹ ਵੀ ਕੀ ਹੈ ਆਹ ਦੇਖਾਂਗੇ ਕਹਿੰਦੇ ਆਓ ਦੇਖਣਾ ਢੰਗਿਆ ਦੋ ਵਜੇ ਪੂਰੇ ਕਰਕੇ ਮੁੰਡੇ ਹੁਣ ਆਹ ਕਮਾਲ ਜਿਹੜੀ ਹੋ ਗਈ ਹੋ ਗਏ ਜੀ ਸਹੀ ਗੱਲ ਹੈ ਪਰ ਬੱਚੇ ਕਹਿੰਦਾ ਵੀ ਅਜੇ ਬੁੱਧਵਾਰ ਹੈ ਬਾਈ ਬੋਲਰ ਕਾ ਨਾਮ ਹੈ ਬਾਈ ਬੋਲਰ ਕਾ ਨਾਮ ਹਾਂ ਸੁਣ ਲੇ ਬਾਈ ਲਾਓ ਦੇਖਾਂਗੇ ਬਾਹਰ ਪਾਉਂਦੇ ਮੁੰਡਾ ਕਹਿੰਦੇ ਫੇਰ ਆਓ ਤਿਆਰ ਬੋ ਤਿਆਰ ਸਿੰਗਲ ਆ ਸਿੰਗਲ ਅਰੇ ਬੋਲ ਕਾ ਕਹਿ ਦੇ ਕਰੋ ਹੱਥ ਨਾ ਦਿਖਾਏ ਕਰੋ ਦਿਖਾਂਗੇ ਪਟਿਆਲੇ ਚਾਹੂਗਾ ਚਾਹੂਗਾ ਕਹਿੰਦੇ ਪਟਿਆਲਾ ਸਾਰੀ ਬਖਸ਼ੇ ਦਾ ਸਟੇਜ ਕਹਿੰਦੇ ਕਰਤੇ ਸੈਟਿੰਗ ਜੀ ਹਾਂ
ਹੈਲੋ ਫਿੱਡੂ ਚੀਕੂ ਵਾਲਾ ਭਾਈ ਆਇਆ ਜਿਹੜੇ ਸਕੋਰ ਹੋਣ ਗਏ ਵੀ ਟੀਕੂ ਬੜਾ ਖੁਸ਼ ਹੈ ਸਾਰੀ ਪੈ ਜਾਂਦੇ ਮੁੱਕ ਕੇ ਧੰਨਵਾਦ ਜੀ ਸਟਾਰ ਵਰਗ ਠਾਠ ਵਾਲਾ ਅਰਗੇਟਰ 68 68
69 ਦਾ ਟਾਰਗੇਟ ਰੈੱਡ ਸੈੱਟ ਤੋਂ ਹੈ, ਚੌਕਾ ਨਹੀਂ ਆਈ। 69 ਦਾ ਟਾਰਗੇਟ ਹੈ ਜੀ ਕਹਿੰਦੇ, ਠੀਕ ਹੈ। ਅਰੇ ਕਰਤਾ ਹੂੰ ਹਾਂ ਜੀ, ਲਵੀ ਈ ਪਾਥਾ ਕਦੇ ਪਟਿਆਲਾ ਕੋ ਅੰਦਰ ਰਾਤ ਬੈਰ ਸੋਇਆ। ਹਾਂ ਰਾਤ ਕਹਿੰਦੇ ਲਵੀ ਪਟਿਆਲੇ ਨਹੀਂ ਸੋਇਆ ਕਿਤੇ, ਹਮ ਜਿਹੜੀ ਸੋਇਆ ਭਾਈ ਵਾਹ, ਜਿਹੜਾ ਹਮ ਜਿਹੜੀ ਵਾਲਾ ਯਾਰ ਉਹਦਾ ਟਰੈਕਟਰ ਹੈਗਾ, ਜਦੋਂ ਟਰੈਕਟਰ ਪਹੁੰਚਿਆ ਲਵੀ ਨੂੰ ਉਹਦੇ ਬਰਾਬਰ ਪੜ ਗਿਆ। ਬੱਕਰੀ ਦੇ ਦੁੱਧ ਦੀ ਪੀਣੀ, ਊਂਟਣੀ ਕਾ ਦੁੱਧ ਵੀ ਪੀਓਗਾ ਮੇਰੇ ਸੇ। ਇੱਕ ਬਾਤ ਬੋਲੂੰ ਭਾਈ, ਸੁਬਹ 8 ਵਜੇ ਸੇ ਪਹਿਲੇ ਅਗਰ ਦੋ ਪਰੌਂਠੇ ਮਿਲ ਜਾਏ ਨਾ, ਮਜ਼ਾ ਆ ਜਾਏ। ਪਤਾ ਕਿਆ, ਹਮ ਬੋਲਤੇ ਨਹੀਂ ਹੈ ਯਾਰ, ਹਮ ਹੋਟਲ ਸੇ ਵੀ ਖਾ ਸਕਤੇ ਹੈ, ਹਮ ਹੋਟਲ ਵਾਲੇ ਹੋਟਲ ਸੇ ਵੀ ਖਾ ਸਕਦੇ ਹੈ ਭਾਈ। 7 ਵਜੇ ਖਲਾ ਆਪਣਾ ਧੱਕੇ ਦੇ, ਮੇਰੀ ਬਾਤ ਬੁਲਾਣੇ ਦੀ ਟੀਮ ਲਾਓ ਫੀਲਿੰਗ ਨਾ ਉਧਰੇ ਰਾਤੀ ਦਾ ਹੀ ਭਰਾ ਵੀ ਸਕੋਰ ਤੋਂ ਨਹੀਂ ਬਹੁਤ ਘੱਟਾ ਹੈ।
ਅਗਲਾ ਬੈਸਟਮੈਨ ਲਾਈ ਵਾਲਾ ਕਹਾਂ ਗਿਆ ਪਹਿਲੀ ਵਾਰ ਪੌਂਗਲੇ ਮੁੰਡਾ ਕਹਿੰਦੇ ਯੂਪੀ ਆ ਕਹਿੰਦੇ ਤਿਆਰ ਬੰਦੇ ਆ ਰਹਾ ਔਰ ਸਾਹਮਣੇ ਦੇਖਣਗੇ ਖਿਡਾਰੀ ਕਹਿੰਦੇ ਮੇਰੀ ਵੀਡੀਓ ਆਓ ਸਾਹਮਣਾ ਕਰਦਾ ਕਹਿੰਦੇ ਖੇਡ ਦੇ ਵਿੱਚ ਟਾਰਗੇਟ ਕਹਿੰਦੇ ਬੜਾ ਛੋਟਾ ਹੈ ਛੱਕੇ ਕਹਿੰਦੇ 11 ਕਹਿੰਦੇ ਮੇਰੇ ਮਿੱਤਰੋ ਕਹਿੰਦੇ ਨਾਲ ਬਾਰੇ ਪੌਂਗਲੇ ਮੁੰਡਾ ਕਹਿੰਦੇ ਹੁੰਦ ਗਿਆ ਆਓ ਸਾਹਮਣੇ ਦੇਖਾਂਗੇ ਮੇਰੇ ਮਿੱਤਰੋ ਪਹਿਲੀ ਵਾਰ ਇੱਕ ਸਕੋਰ ਮੁੰਡੇ ਨੇ ਜੋੜ ਪਰ ਵੀ ਦੀਪੇ ਨਾ ਹੋਣਾ ਸਮਝਣਾ ਕੀ ਹੈ ਜਿਹੜਾ ਸਟ੍ਰਾਈਕ ਪਿਆ ਸਾਹਿਲ ਅਗਲੇ ਮੈਚ ਤੇ ਲੱਗ ਰੂ ਕਹਿੰਦੇ ਮੇਰੇ ਮਿੱਤਰੋ ਅਗਲੇ ਮੈਚ ਹੈ ਜਰੂਰੀ ਆਉਣੇ ਠੇਕੇ ਮਾਰੇ ਹਰ ਕਦੇ ਹੈ ਪੱਕੇ ਤੌਰ ਤੇ ਆਓ ਆ ਮੇਰਾ ਅਗਲੇ ਮੈਚ ਬਾਈ ਜੀ ਮਾਂਡੀ ਕਲਾਂ ਤੇ ਜਰੂਪੀ ਜੇ ਆ ਗਿਆ ਤੇ ਟੌਸ ਕਰੋ ਜੀ ਮਾਂਡੀ ਕਲਾਂ ਤੇ ਜਰੂਪੀ ਇਸ ਅਗਲਾ ਮੈਚ ਮਾਂਡੀ ਤੇ ਜਰੂਪੀ ਦਾ ਦੋਨੋ ਟੀਮਾਂ ਤੇ ਐਨਰਜੀ ਆ ਨਾ ਉਹ ਦਿਖਾਈ ਕਹਿੰਦੇ ਖੇਡਾ ਸ਼ਾਟ ਹੈ ਔਰ ਮੁੰਡਾ ਕਹਿੰਦੇ ਟੌਸ ਜੀ ਬਣਾ ਪਾ ਰਿਹਾ ਮਿਸਫੀਲਡ ਹੋਈ ਹੈ ਔਰ ਸਿੰਗਲ ਸਕੋਰ ਖਿਡਾਰੀ ਕਿਤੇ ਜੋੜ ਗਿਆ ਆਪਣੀ ਟੀਮ ਦੀ ਇੱਕ ਸਕੋਰ ਦੇ ਕਿਤੇ ਫਾਦੇ ਜਿਹੜੇ ਕਿਤੇ ਘਰ ਦੇ ਹੈ ਇੱਕ ਭਾਸ਼ਾ ਜੀ ਹਾਂ ਬਾਂਟੀ ਕਿੱਥੇ ਜੀ ਬਾਂਟੀ ਹਾਂ ਬਾਂਟੀ ਵੀ ਭਾਈ ਰਵੀ ਕਰਦੇ ਨਾ ਗੱਲ ਕਰੋ ਫੋਨ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀ ਜੇ ਹੈਗਾ ਤਾਂ ਰੱਬਾ ਕਿਤੇ ਸੁਣਦੇ ਧਿਆਨ ਨਾਲ ਲੱਗਾ ਤਾਂ ਕੁਛ ਕਹਿਣ ਰੱਬਾ ਮੇਰੇ ਆ ਚਾਰ ਓਵਰਾਂ ਦੇ ਬਾਅਦ ਪਲਾਉਣਾ ਪਾਣੀ ਕਿਤੇ ਪਾ ਰਹੇ ਮੇਰੇ ਮਿੱਤਰੋ ਕਹਿੰਦੇ ਬਾਲ ਪਾਉਂਗੇ ਮੁੰਡਾ ਕਹਿੰਦੇ ਫੇਰ ਤਿਆਰ ਵਰਤਿਆਉਣਾ ਆਓ ਸਾਹਮਣੇ ਦੇਖਾਂਗੇ ਮੇਰੇ ਮਿੱਤਰੋ ਕਹਿੰਦੇ ਖਿਡਾਰੀ ਕਹਿੰਦੇ ਸਾਹਮਣਾ ਕਰਦਾ ਹੈ ਅਸੀਂ ਕਹਿੰਦੇ ਨਾਮ ਪੁੱਛਵਾਈ ਦਾ ਕੀ ਹੈ ਜਿੱਤੇ ਹਾਂ ਆਓ ਸਾਹਮਣੇ ਕਹਿੰਦੇ ਫੇਰ ਮੈਦਾਨ ਦੇ ਵਿੱਚ ਮੇਰੇ ਵੀਰੋ ਬਾਲਾਂ ਤੇ ਪੈਂਦੀਆਂ ਔਰ ਕਹਿੰਦੇ ਸਾਹਮਣੇ ਇੱਧਰ ਕਹਿੰਦੇ ਮੇਰੇ ਵੀਰੋ ਮੈਂ ਹੋਈ ਕਮਾਲ ਮੁੰਡਾ ਕਹਿੰਦੇ ਬਾਲਾਂ ਔਰ ਕਹਿੰਦੇ ਨੌਸ਼ਦ ਬਾਲਾ ਕਹਿੰਦੇ ਮੇਰੇ ਯੂਪੀ ਆ ਨੌਸ਼ਦ ਯੂਪੀ ਵਾਲਾ ਕਹਿੰਦੇ ਬਾਲਾਂ ਪਾਉਂਦਾ ਖੇਡ ਮੈਦਾਨ ਦੇ ਵਿੱਚ ਔਰ ਅਗਲੀ ਵਾਰ ਪਾਉਣ ਦੇ ਲਈ ਖਿਡਾਰੀ ਕਹਿੰਦੇ ਫੇਰ ਜਿਹੜਾ ਕਹਿੰਦੇ ਤਿਆਰ ਵਰਤਾਰ ਦੇ ਪੋਸਟ ਹੈ ਨਾ ਕੈਮਰਾ ਹੋਰ ਬੜਿਆ
ਪਰ ਜਿੰਨੇ ਮਰਜ਼ੀ ਨਾਲ ਬਾਲ ਪਾਉਂਦੇ ਕਿਤੇ ਫੇਰ ਤਿਆਰ ਬੰਦਿਆ ਖੜਾਰੀ ਕਿਤੇ ਮਿਲੇ ਵੀਰੋ ਬਾਲ ਪਾਉਂਦੇ ਕਿਤੇ ਵਧਿਆ ਹੋਇਆ ਔਰ ਸਾਹਮਣੇ ਕਿਤੇ ਮਿਲੇ ਵੀਰੋ ਖੜਾਰੀ ਕਿਤੇ ਸਾਹਮਣਾ ਕਰਦਾ ਖੇਡ ਦੇ ਮੈਦਾਨ ਵਿੱਚ ਮਿਲੇ ਵੀਰੋ ਅਗਲਾ ਮੈਚ ਕਿਤੇ ਬਹੁਤ ਅਗੜਾ ਖੇਡਿਆ ਜਾਣਾ ਇੱਕ ਪਾਸੇ ਕਹਿੰਦੇ ਹੈ ਕਹਿੰਦੇ ਮਾਂਡੀ ਕਲਾ ਟੀਮ ਆ ਟੈਰੀ ਟੀਮ ਖੇਡਦੇ ਜਾਊ ਮਿਲੇ ਵੀਰੋ ਔਰ ਇੱਕ ਪਾਸੇ ਮੁੰਡੇ ਕਹਿੰਦੇ ਜਲੂਬੀ ਵਾਲੇ ਉਹ ਆ ਗਏ ਕਹਿੰਦੇ ਮਾਂਡੀ ਵਾਲਾ ਕਹਿੰਦਾ ਦੇਖੋ ਮਾਂਡੀ ਵਾਲਾ ਪਹੁੰਚ ਗਿਆ ਔਰ ਉੱਧਰ ਨੀ ਕਹਿੰਦੇ ਤੇਰਾ ਮਖੀਰੇ ਖੇਡ ਕੇ ਕਹਿੰਦੇ ਸ਼ਾਹਰੁਖ ਜਿਹਦੇ ਕਹਿੰਦੇ ਛੋਟਾ ਨੀ ਕਹਿੰਦੇ ਦੁਨੀਆਂ ਦਵਾਉਂਦੀਆਂ ਐਂ ਕੋਈ ਸ਼ਾਹਰੁਖ ਕਹਿੰਦੇ ਖੇਡਣ ਨਾ ਜਾਓ ਤੇ ਨਾਲ ਖੇਡੋ ਕਹਿੰਦੇ ਲਾਲੜੂ ਵਾਲਾ ਕਹਿੰਦੇ ਬੋਲੜਾ ਟੀਚਾ ਦੇਖਾਂਗੇ ਵੀ ਕਿਹੜਾ ਹੋ ਤੇ ਕਹਿੰਦਾ ਕਹਿੰਦੇ ਟਿਕਟ ਨਿਕਲ ਗਿਆ ਅਸੀਂ ਕਿੰਨੇ ਬਣ ਗਏ ਵੀਰੇ ਮੈਨੂੰ ਲੱਗਦਾ ਜੀ ਓਵਰ ਕਹਿੰਦੇ ਜਿਹੜਾ ਮੁੱਕ ਗਿਆ ਤੇ ਪੰਜ ਰਹਿਣਾ ਇੱਕ ਓਵਰ ਪੰਜ ਮਾਂਡੀ ਦੀ ਟੀਮ ਆ ਗਈ ਤੇ ਜਲੂਬੀ ਵਾਲਿਆਂ ਦੀ ਸਫਾਰੀ ਨੰਦੂ ਭੱਟ ਮਜਾ ਵੀ ਆਉਂਦਾ ਕਹਿੰਦੇ ਨਾਲ ਬਿਰਪ੍ਰੀਤ ਨਾਲ ਲੇਟ ਨੇ ਥੋੜੇ ਅੱਜ ਦੂਜਾ ਓਵਰ ਪਾਉਣ ਦੇ ਲਈ ਕਹਿੰਦੇ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਕੌਣ ਔਰ ਸਾਹਮਣਾ ਕਰਨ ਲਈ ਸਾਹਿਲ ਹੈ ਔਰ ਸਾਹਿਲ ਨੇ ਕਹਿੰਦੇ ਪੈਂਦੇ ਵਾਲਾ ਦਾ ਸਾਹਮਣਾ ਕਰਨਾ ਅਗਲਾ ਮੈਚ ਵੀ ਬਹੁਤ ਤਕੜਾ ਹੈ ਤਕੜਾ ਲੜਾਈ ਕਰਾਣੀ ਹੈ ਉਹ ਵੀ ਟੀਮਾਂ ਕਹਿੰਦੇ ਤਿਆਰੀ ਫੜਦਾ ਜਲੂਬੀ ਦੀ ਟੀਮ ਦੱਸੋ ਜੀ ਪਰ ਉਧਰ ਕਹਿੰਦੇ ਮਾੜਾ ਸਰਪੰਚ ਹੱਟੇ ਆ ਹੱਸੇ ਆ ਸਰਪੰਚ ਸਾਹਿਬ ਆ ਕਿਹੜਾ ਸ਼ੌਟ ਹੈ ਆ ਸ਼ੌਟ ਦੇਖੋ ਕਿਹੜਾ ਇਹ ਹਾਂ ਮੈਂ ਲਾਈਵ ਦੇਖ ਕੇ ਫਿਰ ਦੱਸਦਾ ਕਿਹੜਾ ਸ਼ੌਟ ਆ ਖਰਚਾ ਜੇ ਅਸੀਂ ਦੱਸੂਗਾ ਮਾਂ ਤੇ ਨਹੀਂ ਪਤਾ ਇਹਨੂੰ ਕਹਿੰਦੇ ਪਊ ਸ਼ਾਟ ਕਹਿੰਦੇ ਮੇਰੇ ਲੰਮਾ ਪਊ ਸ਼ਾਟ ਐਨ ਕਹਿੰਦੇ ਬੱਖੀਆ ਮਾਟਾ ਬਹਿ ਗਿਆ ਬੱਖੀਆਂ ਫੜ ਕੇ ਐਨ ਕਹਿੰਦੇ ਮਾਟਾ ਇਹ ਤੂੰ ਸਾਡਾ ਰਹਿ ਲਾ ਗਿਆ ਨੌਜਵਾਨਾਂ ਜਵਾਬ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਬਲਾਣੇ ਪਿੰਡ ਵਾਲਾ ਕਹਿੰਦੇ ਭੂਪੀ ਵਾਲਾ ਪਾਉਣਾ ਬਾਈ ਵਾ ਭੂਪੀ ਵਾਲਾ ਪਾਉਣਾ ਇੱਕ ਆਹ ਦੇਖਿਆ ਇੱਕ ਬਾਲਾ ਪਾਉਣਾ ਭੂਪੀ ਨਾ ਭੂਪੀ ਦੀ ਵਾਲ ਸਿੰਗਲ ਸਕੋਰ ਦੇ ਕਿਤੇ ਵਧੀਆ ਰਾਜਾ ਵੀ ਆ ਸਾਡਾ ਕਿਤੇ ਪਾਣੀ ਦੀ ਸੇਵਾ ਵੱਡੀ ਕਰਦਾ
ਨਾਲ ਆ ਕਹਿੰਦੇ ਸੰਦੀਪ ਜੀ ਖਵਾਲੀਆ ਦਾ ਮੇਰੀ ਵੀਡੀਓ ਉਹ ਬੜਾ ਕਹਿੰਦੇ ਧੰਨਵਾਦ ਭਰਾਵਾਂ ਦਾ ਔਰ ਮੈਚ ਜਿਹੜੀ ਰਾਜੀ ਕਹਿੰਦੇ ਸਿਰੇ ਦਾ ਔਰ ਸਿੱਖਾਂ ਤੋਂ ਕਹਿੰਦੇ ਦੂਜੇ ਦੀ ਜਿਹੜੀ ਕਹਿੰਦੇ ਟਰਾਈ ਹੋ ਗਈ ਹੈ ਦੋ ਸਕੋਰ ਦੇ ਵਾਧੇ ਪਲੇਟ ਹੈ ਬਾਕੀ ਕਹਿੰਦੇ ਪੰਪਾ ਵੀ ਆ ਗਿਆ ਵੀਰ ਸਾਡਾ ਕਹਿੰਦੇ ਪੰਪਾ ਹੈ ਤੋਈ ਪਾਉਂਦੇ ਬੜਾ ਧੰਨਵਾਦ ਹੈ ਔਰ ਬੜਾ ਧੰਨਵਾਦ ਹੈ ਕਹਿੰਦੇ ਕੰਪਲੇਨ ਮੇਰੇ ਮੇਰੀ ਵੀਡੀਓ ਕਹਿੰਦੇ ਜ਼ਿੰਮੇਵਾਰੀ ਸਾਂਭੀ ਹੋਈ ਹੈ ਪੋਪੜੀ ਔਰ ਦੇਖੇਗੀ ਕਹਿੰਦੇ ਸਤਾਰਾਂ ਸਕੋਰ ਕਹਿੰਦੇ ਬਣੇ ਦੋ ਤੋਂ ਬਾਅਦ ਹਾਂ ਦੋ ਓਵਰ 17 ਹੋ ਗਏ ਮਾਡੇ ਚਾਹ ਚਾਹੀਦੀ ਆ ਮਾਤਾ ਜੀ ਕਹਿੰਦਾ ਓਕੇ ਆ ਕੰਮ ਆਗੇ ਲਾਲ ਜੀ ਚਾਹੇ ਚਲੇਗੀ ਔਰ ਦੋ ਕਹਿੰਦਾ ਔਰ ਦੋ ਨਵੀਂ ਵੀ ਕਹਿੰਦਾ ਔਰ ਦੋ ਰਾਜੀਵ ਐਰ ਕਹਿੰਦੇ ਕਾਈਵਾ ਇੱਥੇ ਰੱਖ ਐਰ ਕਹਿੰਦੇ ਪਾਰਟੀ ਆ ਗਿਆ ਐਰ ਉਹ ਵਾਲਾ ਆਓ ਚਰਚਾ ਕਹਿੰਦੇ ਵੱਡੀਆਂ ਜੋੜੀ ਪੁਰਸ਼ ਦਾ ਨੰਦੂ ਭੱਟ ਮਜਰੀ ਕਹਿੰਦੇ ਬਾਕੀ ਦਾ ਆਓ ਕਹਿੰਦੇ ਬਾਲ ਪਾਉਣੀ ਲੈਫਟੀ ਦੀ ਬਾਲ ਦੇ ਸਾਹਮਣੇ ਸਿੰਗਲ ਪੱਟੀ ਕਹਿੰਦੇ ਨਾਲ ਜਿਹੜੇ ਸਕੋਰ ਬਣ ਰਿਹਾ ਅੱਜ ਵੱਡੀ ਜ਼ਿੰਮੇਵਾਰੀ ਆ ਪਰਵੇਜ ਬਾਲਾ ਪਾ ਰਿਹਾ ਕਹਿੰਦੇ ਕਹਿੰਦੇ ਮੇਰੇ ਵੀ ਪਰਵੇਜ ਗੱਲ ਵਰਤਣ ਵਾਲੇ ਚਰਚੇ ਆ ਮੈਨੂੰ ਬਾਕੀ ਦਾ ਸੁਪਰ ਕਰ ਰਿਹਾ ਬਾਕੀ ਮੈਨੂੰ ਸੰਪਰਕ ਕਰੇ ਹਾਂ ਬਾਕੀ ਮੈਚ ਬਹੁਤ ਹੈਗਾ ਜੀ ਮੈਚ ਇੱਕ ਉੱਧਰ ਪਾਇਆ ਲਾਓ ਦੇਖੇ ਕਹਿੰਦੇ ਖੇਡਾਂ ਸ਼ਾਟ ਬਾਲ ਕਹਿੰਦੇ ਹਵਾ ਚ ਹੈ ਆਓ ਬੰਦੇ ਕਹਿੰਦੇ ਮੇਰੇ ਵੀਰੋ ਲਾਓ ਸਾਹਿਬ ਆਓ ਥਰੋ ਦੇਖੋ ਮੁੰਡਾ ਕਹਿੰਦੇ ਮੇਰੇ ਵੀਰੋ ਹੈ ਤਾਂ ਕਦੇ ਕਮਾਲ ਜਿਹੀ ਹੋ ਗਈ ਹੈ ਦਿਲਪ੍ਰੀਤ ਮਹਿਰਾ ਆ ਗਿਆ ਕਹਿੰਦੇ ਮੇਰੇ ਵੀਰੋ ਦਿਲਪ੍ਰੀਤ ਲਵਾਣਾ ਦਿਲਪ੍ਰੀਤ ਲਵਾਣਾ ਆਇਆ ਹੈ ਟੈਟੂ ਕਹਿੰਦਾ ਵੀ ਔਰ ਆਉਂਦੇ ਨੇ ਚੱਕਰਾ ਕੈਮਰਾ ਔਰ ਦੇਖਾਂਗੇ ਸਾਹਮਣੇ ਇਹਦੇ ਮੱਥਾ ਟੇਕਿਆ ਪਾਰਟੀ ਮਾਨੂੰ ਕਹਿੰਦੇ ਬੜ ਜਾਂਦੇ ਗਰਾਊਂਡ ਦੇ ਆਓ ਪਹਿਲੀ ਵਾਰ ਇੱਧਰ ਚੈੱਕ ਕਰ ਬਾਬੇ ਹੁਣ ਦਾ ਸ਼ੋਟ ਚੈੱਕ ਕਰ ਇਹਨੂੰ ਕਹਿੰਦੇ ਟੇਢਾ ਸ਼ੋਟ ਪਵਨਪ੍ਰੀਤ ਸਿੰਘ ਜੀ ਆਏ ਹੋਏ ਨੇ ਭਾਈ ਸਾਹਿਬ ਭਾਈ ਸਰਦਾਰ ਲਖਵਿੰਦਰ ਸਿੰਘ ਜੀ ਜਲੂਬੀ ਵਾਲੇ ਆਏ ਹੋਏ ਨੇ ਕਹਿੰਦੇ ਮੇਰੇ ਵੀਰ ਪਹਿਲਾਂ ਹੁੰਦੇ ਲਾਲੜੂ ਵਾਲਾ ਹੈ ਬਲਾਣਾ ਚ ਐਨ ਵੀ 400 ਦਾ ਨਹੀਂ ਲੈ ਪੈਂਗੇ ਫਿਰ ਆ ਗਏ ਇੱਧਰ ਕਹਿੰਦੇ ਬਾਲ ਪਾਉਣੀ ਪ੍ਰਵੇਜ ਤੇ ਦੂਜੇ ਪਾਸੇ ਮੁੰਡਾ ਕਹਿੰਦੇ ਅੰਕਿਤ ਲਾੜਵੇ ਵਾਲਾ ਅੰਕਿਤ ਕਹਿੰਦੇ ਲਾੜਵੇ ਵਾਲਾ ਮੇਰੇ ਵੀਰੋ ਆਓ ਪੈਂਦੀ ਬਾਲ ਪ੍ਰਵੇਜ ਦੀ ਮੁੰਡਾ ਕਹਿੰਦੇ ਕਮਾਲ ਦੀ ਬਾਲ ਪਾ ਰਿਹਾ ਮੇਰੇ ਵੀਰੋ ਇਹ ਆ ਕਹਿੰਦੇ ਪ੍ਰਵੇਜ ਪਰ ਸਾਹਮਣੇ ਕਹਿੰਦੇ ਲਾੜਵੇ ਵਾਲੇ ਆ ਛੱਕੇ ਲਾਉਣੇ ਪੈਣਾ ਲਾਉਣਾ ਕਰਾਵੇ ਬੱਲੇ ਬੱਲੇ ਮਾਪੇ ਪਿੰਡ ਵਾਲਾ ਕਹਿੰਦੇ 20 ਸਕੋਰ ਲਾ ਗਿਆ ਪਰ ਬਾਹਰ ਲਾ ਕੇ ਕਹਿੰਦੇ
ਉੱਚੀ ਕਹਿੰਦੇ ਹੈਲੀਕਾਪਟਰ ਦਾ ਘੁਮਾਇਆ ਅੱਠ ਵਾਰ ਦੀ ਸ਼ੇਰ ਨਵਾਏ ਆਹ ਕਰ ਲੋ ਸਾਈ ਨੌ ਵਾਲਾ ਸ਼ੇਰ ਪਰ ਬਾਏ ਦਾ ਚੌਕਾ ਜ਼ਰੂਰ ਲੱਗ ਗਿਆ ਕੀਪਰ ਦੀ ਤਾਂ ਸਿਖਾ ਲਿਆ ਕਹਿੰਦੇ ਮੇਰੇ ਵੀ ਔਰ ਤਿੰਨ ਓਵਰ ਇਕੱਤੀ ਤੇ 38 ਰਹਿ ਗਏ 5 ਓਵਰਾਂ ਚ ਗੋਲਡੀ ਗੋਚਰ ਵੀ ਲਾਇਆ ਜਿਹੜਾ ਹੋਇਆ ਅਦਾਲੇ ਗੋਚਰਿਆ ਪਿੰਡ ਵਾਲਾ ਸੰਤੇ ਦਾ ਪੋਤਾ ਹੈ ਕਹਿੰਦੇ ਮੇਰੇ ਬੰਦੂ ਔਰ ਖੇਰਾ ਬੱਲੇ ਬੱਲੇ ਕਰਾਉਣਾ ਅੜੇ ਕੱਟੇ ਕੱਢਦਾ ਕਹਿੰਦੇ ਕਟਾਲੇ ਗੋਚਰ ਵਾਲਾ ਗੋਲਡੀ ਗੋਚਰ ਔਰ ਕਹਿੰਦੇ ਸੁਰੇਸ਼ ਗੁੱਜਰ ਦਾ ਪੋਤਾ ਹੈ ਹਾਂ ਗੋਪੀ ਗੋਇਲ ਜੀ ਦੇਖਣੇ ਬਹੁਤ ਵਧੀਆ ਸੋਚ ਹੈ ਸਾਡੇ ਏਵੀਐਸ ਸਟੇਡੀਅਮ ਰੋਡ ਵਾਲੇ ਭਰਾਵਾਂ ਦੇ ਨਿਤ ਨਵਾਂ ਦਿਨ ਚੜ੍ਹਦਾ ਹੈ ਨਿਤ ਨਵੀਂ ਕਿੱਟ ਤੁਹਾਡੇ ਕਹਿੰਦੇ ਬਾਹਰ ਨੂੰ ਹਾਂ ਨਿਤ ਨਵੀਂ ਕਿੱਟ ਨਵੀਂ ਸੁਦੀਪ ਚਾਰ ਕੰਮ ਤੋਂ ਲਾ ਜਾ ਕਦੇ ਪਿੰਡ ਬਣਾ ਕੇ ਇੱਕ ਹੁਣ ਜੀ ਜ਼ਰੂਰ ਬੜਾ ਧੰਨਵਾਦ ਹੈ ਸੁਦੀਪ ਜਿੱਥੇ ਵਾਲਾ ਜੀ ਹਾਂ ਘਰ ਤੋਂ ਜ਼ਿਆਦਾ ਕਾਫੀ ਗੋਰ ਇੱਥੇ ਚੱਸੇ ਦੀ ਸੇਵਾ ਪਾਣੀ ਬੰਦ ਕਰਦੇ ਹੈਂ ਹਾਂ ਨਾ ਕੁਝ ਕਰੇ ਮਾਤੇ ਲਓ ਇਹ ਤਕੜਾ ਕੈਚ ਸਾਹਿਲ ਮੁੜ ਗਿਆ ਕਹਿੰਦੇ ਕੁਰੜੀ ਇੱਕ ਕੁਰੜੀ ਮੋਹਾਲੀ ਜ਼ਿਲ੍ਹੇ ਚ ਹੈ ਇੱਕ ਕੁਰੜੀ ਕਹਿੰਦੇ ਮੇਰੇ ਕੋਲ ਪਿੰਡ ਹੈ ਇੱਕ ਸ਼ਾਹਬਾਦ ਦੇ ਕੋਲ ਆ ਕਹਿੰਦੇ ਕੁਰੜੀ ਐਨ ਕਹਿੰਦੇ ਚਰਚਾ ਹੁੰਦੀ ਹੈ ਬਾਕੀ ਗੋਪੀ ਜੀ ਟਾਸ ਕਰਵਾਈਏ ਗੋਪੀ ਗੋਦੀ ਜੀ ਟਾਸ ਹੋ ਗਈ ਠੀਕ ਹੈ ਕਰਾ ਰਹੇ ਤੁਸੀਂ ਟਾਸ ਕਰਾ ਲਓ ਫਿਰ ਠੀਕ ਕਰਾ ਦਿਓ ਓਕੇ 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 ਠੀਕ ਹੈ ਜੀ ਨਵੇਂ ਬਾਲ ਹੋ ਗਏ ਮੈਂ ਲਾਦਾ ਕਹਿੰਦੇ ਸਰ ਪਰੀ ਸ਼ਕਤੀ ਬਾਲ ਐਨ ਕਹਿੰਦੇ ਬਾਲ ਪਾਉਣ ਲਈ ਮੁੰਡਾ ਕਹਿੰਦੇ ਤਿਆਰ ਹੈ ਖੇਡ ਮੈਦਾਨ ਦੇ ਵਿੱਚ 1.5 ਲੱਖ ਰੁਪਇਆ ਕਹਿੰਦੇ ਪ੍ਰਾਈਜ਼ ਆ ਇਸ ਕੱਪ ਦਾ ਕਹਿੰਦੇ ਮੇਰੇ ਕੋਲ ਟਿਕਟ ਦਿੱਤੇ ਜਾਣਗੇ ਆਹ ਪੈਂਦੀ ਬਾਲ ਤੇ ਸਾਹਮਣੇ ਕਹਿੰਦੇ ਸਿੰਗਲ ਇੱਕ ਸਕੋਰ ਜਿਹੜਾ ਮੁੰਡੇ ਨੇ ਜੋੜਤਾ ਇਹ ਵੀ ਕਹਿੰਦੇ ਬੀਸ਼ੂ ਦੀਆਂ ਬਾਲਾਂ ਪੈ ਗਈਆਂ ਨੇ ਉਹਦਾ ਪਲਾਟ ਵੀ ਆ ਗਿਆ ਕਹਿੰਦੇ ਸਾਹਿਲ ਪਲਾਟ ਐਨ ਕਹਿੰਦੇ ਮੇਰੇ ਇੱਧਰ ਇਹ ਕਹਿੰਦੇ ਬੀਸੀ ਹੈ ਬੀਸੀ ਨਾਲ ਦੇਖਣਾ ਇਹਦੇ ਵਿੱਚ ਕਮਾਲ ਜਿਹੜੀ ਹੋ ਗਈ ਹੈ ਬਾਲ ਪਾਉਂਦੇ ਮੁੰਡਿਆਂ ਨੇ ਟੀਮ ਦਾ ਖਿਡਾਰੀ ਕਹਿੰਦੇ ਆਹ ਹੋਰ ਤਿਆਰ ਹੈ ਮੁੰਡੇ ਕਹਿੰਦੇ ਦਸਾਂ ਕਹਿੰਦੇ ਕੋਲ ਚੱਲ ਕੇ ਆਏ ਹੋਏ ਹੈ ਨਾਲ ਪ੍ਰੀਤੀ ਬਾਲ ਦੇ ਸਾਹਮਣੇ ਮੇਰੇ ਮਿੱਤਰੋ ਆਹ ਹੋ ਗਈ ਕਮਾਲ ਔਰ ਕਹਿੰਦੇ ਖੇਡਾਂ ਖੇਡ ਕੇ ਦੇਖਣਾ ਮੁੰਡਾ ਕਹਿੰਦੇ ਜੇੜ ਗਿਆ ਯਾਰ ਨੋਮੇ ਔਰ ਫਿਰ ਚਾਰ ਸਕੋਰ ਜਿਹੜੇ ਕਹਿੰਦੇ ਯੋਗ ਹੈ ਕਿਸਪਾ ਜਰੂਰ ਇੱਕੋ ਦੇ ਬਹਾਨ ਮਿੱਤਰੋ ਅੱਜ ਇੱਕ ਸਕੋਰ ਹਾਰੀਆਂ ਬਾਈ ਜਾਣ ਦੇ ਆ ਚਾਰ ਦੇ ਫਿਰ ਆ ਗਿਆ ਬਾਈ ਕਿਹੜਾ ਨਹੀਂ ਕਿਹੜਾ ਬਣਾ ਕਰਾ ਜੀ ਆ ਬੰਨਣੀ ਨੋਟ ਆ ਗਿਆ ਮੈਂ ਕਿਹਾ ਸੀਲੀਆ ਹੋ ਗਿਆ ਹਾਂ ਇਸਮਾਇਲਾ ਦਾ ਦੇ ਬੜੇ ਕੱਪ ਦੀ ਇਹਦੇ ਕਹਿੰਦੇ ਚੌਪਾ ਪਲੇਟ ਆ ਜੀ ਕਿਵੇਂ ਜੀ ਆ ਸਾਡੇ ਆਪਣਾ ਆਪਣੇ ਨਾਲ ਵੀ ਰਹਾ ਕੱਲ ਦਾ ਤੇ ਪੁੱਛਿਆ ਪਲੇਟ ਆ ਪਲੇਟ ਕਹਿੰਦੇ ਫੇਰ ਮੈਦਾਨ ਦੇ ਵਿੱਚ ਪਾ ਵਿਸ਼ਵਾਸ ਪੈਂਦਾ ਨਾਲ ਚਾਹਦਾ ਕੱਪ ਚੱਕੀ ਬੈਠਾ ਬਾਕੀ ਧਿਆਨ ਦੇ ਉੱਧਰ ਹੀ ਹੈ ਘੱਗੇ ਦਾ ਕੋਈ ਚੱਕਰ ਜੀ ਹੋ ਜਾਂਦਾ ਹੈ ਤੇ ਧਿਆਨ ਦਾ ਫਿਰਦਾ ਕਿਤੇ ਉੱਧਰ ਹੀ ਹੈ ਆਓ ਦੇਖੀਏ ਚਾਹ ਦੇ ਵਿੱਚ ਬਿਸਕੁਟ ਬਿਸਕੁਟ ਦੇ ਚਾਹ ਆਓ ਚੱਲ ਰਹੀ ਹੈ ਮੇਰੇ ਮਿੱਤਰੋ ਆ ਬਾਲ ਤੇ ਵਿਕਟ 500 ਦੀ ਆ ਬਾਲ ਤੇ ਵਿਕਟ 500 ਦੀ ਆ ਮੈਨੂੰ ਲੱਗਦਾ ਕਿ ਉਲਟਾ ਹੋਊਗਾ ਜਦੋਂ ਕਹਿੰਦੇ ਟਿੰਕੂ ਪੈਸੇ ਲਾਵੇ ਫੇਰ ਕੰਮ ਉਲਟਾ ਨਾ ਮਾਟਿਆ ਆਓ ਹਰੇ ਕੰਮ ਉਲਟਾ ਦੇਖਾ ਹਰੇ ਦੇਖੋ
ਬੜੀਆਂ ਪੋਸਟਾਂ ਪਾਈਆਂ ਪਰ ਮੈਂ ਪੋਸਟ ਨਹੀਂ ਪਾਈ, ਜਾਣ ਕੇ ਨਹੀਂ ਪਾਈ, ਕਿਉਂਕਿ ਜਿਹੜਾ ਕਦੇ ਉਹ ਕਦੇ ਰੈਸਟੋਰੈਂਟ ਚ ਕੰਮ ਹੈ ਉਹ ਹੋਇਆ, ਹੁਣ ਕੀ ਦੱਸੀ ਉਸ ਨਵੇਂ ਪਹਿਲੇ ਦੱਸੋ ਕੀ ਹੈ। ਮਾਂਡੀ ਤੋਂ ਜਿੰਦਗੀ ਦੇ ਬੈਠੀਆਂ ਜੀ, ਮਾਂਡੀ ਦੀ ਰੇਸ਼ੂ ਆਇਆ ਹੋਇਆ, ਹਰਿਆਣਾ ਦਾ ਯਾਰ ਹੈ, ਮੋਟਾ ਵੀ ਆ ਗਿਆ ਔਰ ਕਹਿੰਦੇ ਮੇਰੇ ਵੀਰੋ ਸੰਜੇ ਵਰਗੇ ਅਮਿਤ ਨਹੀਂ ਚੜ੍ਹਦਾ ਔਰ ਬਾਗੀਆ ਵੀ ਆ ਗਿਆ ਰੇਸ਼ੂ ਆਇਆ ਵੀ ਰੇਸ਼ੂ ਭਾਈ ਰਾਮ ਰਾਮ ਆਪਕੇ ਕਮਰ ਆਪਕੇ ਚਰਨੋ ਨੇ ਕਿਹਾ ਸੀ। ਅਸੀਂ ਲਾਇਆ ਸਤਾਰ ਅਸੀਂ ਬੈ ਅਟਕ ਜਾਏਗੀ ਸ਼ਾਮ ਤੋਂ ਆਵੇਗੀ ਤਲਾ ਅਕਸਰ ਸਪੋਰਟ ਕਰਦਾ ਇਲਾਕੇ ਵਿਚ ਕਿਤੇ ਟੂਰਨਾਮੈਂਟ ਹੁੰਦਾ ਸ਼ੰਕੀ ਅਨੇਜਾ ਵੀ ਧੰਨਵਾਦ ਕਹਿੰਦਾ ਗਰਮੀ ਬਹੁਤ ਆਉਣਾ ਤਾਂ ਸੀ ਪਰ ਲਾਸਟ ਤੱਕ ਦੇਖਾਂਗੇ ਨਾ ਜੀਵਨ ਦਾ ਬਾਲ ਜਿਹੜੀ ਕਹਿੰਦੇ ਗਾਇਕ ਹੋ ਗਈ ਹੈ
ਕ੍ਰਿਸ਼ਨ ਭਗਵਾਨ ਜੀ ਦਾ ਕਹਿੰਦੇ ਪੱਕਾ ਭਗਤ ਹੈ ਮੇਰੇ ਵੀਰੋ। ਹਰ ਟੋਲੀ ਬਬਲੂ ਵੀ ਆਇਆ ਹੈ ਕਹਿੰਦੇ ਜੇ ਬੋਲਿਆ ਦੀ ਟੀਮ ਜਿੱਤਦੇ 500 ਰੁਪਇਆ ਕਹਿੰਦੇ ਦਿਲ ਵਾਲਾ ਪੰਬਾ ਕਹਿੰਦਾ ਹਾਂ ਟੀਮ ਅੱਗੇ ਮੇਰੇ ਵੀਰੋ ਬਲਾਣੇ ਦੀ ਆ ਜਿਹੜੇ ਅੰਬਾਲੇ ਦੀ ਅੰਪਾਇਰ ਵੱਲੋਂ ਕਹਿੰਦੇ ਪੰਮੇ ਵੱਲੋਂ ਮੇਰੇ 500 ਅਜੇ ਬੋਲਿੰਗ ਟੀਮ ਜਿੱਤੀ ਹੈ ਪਰ ਜਿਹੜੀ ਬੈਟਿੰਗ ਹੈ ਟਿੰਕੂ ਰਿਸਪੋਂਸਿਬਲ ਹੋਈ ਹੈ ਜਿਹੜੇ ਕਮਰੇ ਚ ਤੂੰ ਏ ਸੀ ਲੱਗ ਸੋਨਾ ਜਿਹੜਾ ਪੰਮੇ ਦਾ ਏ ਸੀ ਹੈ ਟਿੰਕੂ ਤੋਂ ਕਹਿੰਦੇ ਬਸ ਬਾਰੇ ਚੱਲਦਾ ਟਿੰਕੂ ਉਹ ਟਿੰਕੂ ਜ਼ਰੂਰੀ ਹੈ ਜਿਹੜਾ ਕਹਿੰਦੇ ਪੰਮੇ ਵਾਲੇ ਸੀ ਹੈ ਉਹ ਤਾਂ ਕਹਿੰਦੇ ਬਸ ਬਾ ਕੇ ਚੱਲਦਾ ਪੰਮੇ ਵਾਲਾ ਕਹਿੰਦੇ ਚੱਲਦਾ ਸੀ ਹਾਂ ਪਾਸਪੋਰਟ ਕਰਵਾ ਲੱਛਾ ਕਹਿੰਦੇ ਬਸ ਦਾ ਅੰਬਾਲੇ ਪਾਰਟੀ ਕਰਨੀ ਅੰਬਾਲੇ ਜਾ ਕੇ ਠੰਡੇ ਇਲਾਕੇ ਚ ਅੰਬਾਲੇ ਦਾ ਪਕਾਜੂ ਕਹਿੰਦਾ ਬੜਾ ਕਹਿੰਦੇ ਧੰਨਵਾਦ ਹੈ ਲਾਓ ਦੇਖਾਂ ਕੇ ਕਹਿੰਦੇ ਲਾਈਨ ਹੋਇਆ ਪੰਜ ਚਾਰ ਸਕੋਰ ਜਿਹੜੇ ਕਹਿੰਦੇ ਫੇਰ ਨੌਕਰੀ ਢੱਕੇ ਹੋਏ ਆ ਹਾਂ ਚਾਰਾ ਮੁਲਾਣੇ ਪਿੰਡ ਵਾਲਾ ਜਿਹੜੇ ਅੰਬਾਲੇ ਵਾਲਾ ਔਰ ਕਹਿੰਦੇ ਸੰਨੀ ਦਾ ਕਹਿੰਦੇ ਵਾਲਾ ਪੈ ਰਹੀ ਆ ਇਧਰ ਕਹਿੰਦੇ ਪੈਂਦੀ ਵਾਲ ਤੇ ਵਾਲ ਮੈਨੂੰ ਲੱਗਦਾ ਮੈਨੂੰ ਲੱਗਦਾ ਤੇ ਘੁੰਮ ਗਿਆ ਬਾਲ ਬਾਈ ਦਾ ਬਾਲ ਕਹਿੰਦੇ ਬਾਈ ਦੇ ਕਹਿੰਦੇ ਹੋਈ ਆ ਲਾਈਟ ਦੇਖਣਾ ਨੀ ਆ ਜਾਣਾ
ਦੇਖਾਂਗੇ ਚਰਚਾ ਵੱਡੀ ਆ ਕਈ ਚਾਚਾ ਜੀ ਮੁੰਡਾ ਕਹਿੰਦੇ ਨੀਂਦ ਚ ਉੱਠ ਗਿਆ ਐਨ ਜ਼ਰੂਰੀ ਆ ਔਰ ਮੰਡੀ ਚ ਜੀ ਵਾਰਨਰ ਉਚਾਣਾ ਅਮਿਤ ਕਾਲਾ ਖੇੜਾ ਤੇ ਅਮਿਤ ਜਾਂਚ ਵੀਰੇ ਡੈਨੀ ਮੰਡੀ ਦਾ ਅਗਲਾ ਮੈਚ ਹੈ ਜੀ ਮੰਡੀ ਦੇ ਯੋਗੀ ਆਰੀਏ ਗਰਾਊਂਡ ਦੇ ਵਿੱਚ ਅਗਲੇ ਬੁਲਾਰੇ ਹਰਪੀ ਸਮਾਨ ਦੇ ਨਾਲ ਕਹਿੰਦੇ ਪੱਲੀਆਂ ਵਾਲੇ ਪਿੰਡ ਸ਼ਕਤੀ ਸ਼ਾਂਤੀ ਹੈ ਕਹਿੰਦੇ ਸ਼ਕਤੀ ਕਹਿੰਦੇ ਰੀਨੈਕਸ ਕਮੈਂਟਰ ਹੈ ਕਹਿੰਦੇ ਰੀਨੈਕਸ ਕਮੈਂਟਰ ਆਓ ਕਹਿੰਦੇ ਖਾਣਾ ਕਹਿੰਦੇ ਟਿਕਾਣੇ ਹੈ ਅਦੋ ਚੇਲਾ ਲੇਟ ਕੁਰਡੀ ਜੇਤੂ ਹੈ ਜੀ ਕੁਰਡੀ ਦੀ ਟੀਮ ਚੱਲਦੇ ਮੈਚ ਚੋਂ ਆਏ ਜੀ ਸ਼ਕਤੀ ਬੁਲਾਰਾ ਮੇਰੀ ਬਾਤ ਸੁਣ ਲੈ ਇੱਕ ਕੰਮ ਹੋਰ ਕਰ ਲੈ ਸੀਜ਼ਨ ਤੋਂ ਇੱਕ ਛਤਰੀ ਹੋਰ ਪੜੀ ਇਸ ਤਰ੍ਹਾਂ ਦੀ ਕੁਰਸੀ ਹੋਰ ਨਹੀਂ ਮਤਲਬ ਏ ਸੀ ਇਸ ਤਰ੍ਹਾਂ ਦੀ ਛਤਰੀ ਇਸ ਤਰ੍ਹਾਂ ਕੁਰਸੀ ਬੰਨ ਲੈ ਦੋਨੋਂ ਸਾਈਡ 'ਤੇ ਕੰਫਰਟੇਬਲ ਰਹਾਂਗੇ ਹੈ ਮੰਗਵਾਓ ਕਿਹੜਾ ਬੰਦਾ ਇਸ ਤਰ੍ਹਾਂ ਉਸ ਸਾਈਡ 'ਤੇ ਫਿਰ ਪਿਛਾੜੀ ਆਪਾਂ ਕਿਹੜਾ ਕੰਮ ਕਰਨਾ ਸਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ